मैं नहीं कहना मैं कोई साहित्यकार हाँ, ना मैं गवैया ना मैं गीतकार हाँ कि हाँ शायरां ते फनकारां दे नाल साडी यारी है, बस इसे बाण च आके कविता कही जा रही है। सो हुणे मैं एक्चुअली मैनूं पता सी तुसीं मेरा नाम अनाउंस करना, मैं गीत सरवण भगत दा सुनाउणी आया सी, पर मनदीप जी दीआं गल्लां सुण के बेटी दी शायरी सुण के मेरे अंदर होरे पासे नूं रीझ घुम्मण लग गई। मनदीप जी तुसीं थोड़ा जिहा ना ਕਹਿ ਰਹੇ ਸੀ ਮੈਂ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ, ਇੰਗਲਿਸ਼ ਪੰਜਾਬੀ ਥੋੜ੍ਹੀ ਮਿਕਸ ਜੀ ਕਰਕੇ ਬੋਲ ਰਹੀ ਸੀ, ਤੇ ਮੈਨੂੰ ਇੱਕ ਗੱਲ ਯਾਦ ਆ ਗਈ, ਪਹਿਲਾਂ ਸਾਰੇ ਨੇ ਸੁਣੀ ਹੋਈ, ਤੁਸੀਂ ਵੀ ਸਪੈਸ਼ਲ ਸੁਣੋ, ਤੁਹਾਡੇ ਡੈਡੀ ਨੇ ਸੁਣੀ। ਇੱਕ ਪੰਜਾਬੀ ਬੰਦਾ ਬਾਹਰ ਚਲੇ ਜਾਂਦਾ, ਉੱਥੇ ਜਾ ਕੇ ਉਹਨੂੰ ਇੰਗਲਿਸ਼ ਬੋਲਣ ਦੀ ਪ੍ਰੋਬਲਮ ਆਈ, ਸਬਜ਼ੀ ਖਰੀਦਣ ਜਾਂਦਾ ਮਾਰਕੀਟ 'ਚ, ਕਹਿੰਦਾ ਰੇਟ ਪੁੱਛਦਾ ਸਬਜ਼ੀ, ਬਟ ਇਸ ਦੀ ਮੁੱਲ ਔਫ ਦੀ ਗੋਭੀ ਦਾ ਫੁੱਲ, ਬਟ ਇਸ ਦੀ ਮੁੱਲ ਔਫ ਦੀ ਗੋਭੀ ਦਾ ਫੁੱਲ, ਦਿਸ ਭਿੰਡੀ ਦਿਸ ਕੱਦੂ ਦਿਸ ਪੇਠਾ ਕੀ ਭਲਾ ਤਾਂ ਸੇਠਾ। ਦੁਕਾਨਦਾਰ ਕਹਿੰਦਾ ਆਈ ਡੋਂਟ ਅੰਡਰਸਟੈਂਡ ਵਾਟ ਯੂ ਸੇ, ਕਹਿੰਦਾ ਹੈ ਆਈ ਡੋਂਟ ਅੰਡਰਸਟੈਂਡ ਵਾਟ ਯੂ ਸੇ, ਕਹਿੰਦਾ ਘੰਟਾ ਹੋ ਗਿਆ ਹੀ ਪੱਕਾ ਹੀ ਕਰੀਂ, ਯੂ ਆਰ ਨਾਟ ਅੰਡਰਸਟੈਂਡ ਯੂ ਆਰ ਸਮਥਿੰਗ ਵੀ ਰੁਚਾ ਲੰਡਰ ਲੋਕੇ, ਯੂ ਕੈਨ ਨਾਟ ਮੇਰੇ ਮਗੋ ਇੰਗਲਿਸ਼ ਬੋਲੀ, ਇਸ ਕਰਕੇ ਚੁੱਪ ਚਾਪ ਸਿੱਧਾ ਹੋ ਕੇ 3 ਕਿਲੋ ਗੋਭੀ ਤੋਲੀ। ਲੋ ਜੀ ਗਾਣਾ ਕਹਿੰਦਾ ਲੱਗ ਜਾਂਦਾ ਅੰਗਰੇਜ਼ੀ, ਕਹਿੰਦਾ ਨਾਨ ਸੈਂਸ ਇਡੀਅਟ ਬਰੈਟੀ ਫੋਲ, ਇੱਧਰ ਪੰਜਾਬੀ ਸਮਝ ਕੇ ਤਾਂ ਹੋਵੇ ਅੰਗਰੇਜ਼ੀ ਵਾਲੀ ਭੈਣ ਜੀ ਕਰਦੀ ਸੀ ਨਾ ਉਹੀ ਗਾਣਾ ਕਹਿੰਦੀ ਆ, ਉਹ ਬੋਲੇ ਯੂ ਆਰ ਮੇਰੀ ਯੂ ਆਰ ਮਾਈ ਵੈਰੀ ਵੈਰੀ ਸਿਰ ਚੜੀ, ਆਈ ਐਮ ਨਾ ਉਤਰੇ ਗੱਡ ਦੇ ਮੁੱਠੀ ਚੜੀ, ਉਹਦੇ ਬੰਦ ਮੁੱਠੀ ਮਾਰੀ ਔਰ ਯੂ ਆਰ ਨੱਕ ਯੂ ਆਰ ਉੱਥੇ ਜਾ ਕੇ ਡਿਗਿੰਗ ਐਂਡ ਟੁੱਟੀ ਯੋਰ ਲੱਕ। ਲਓ ਜੀ ਉਹ ਪਲੀਜ਼ ਪਲੀਜ਼ ਗੋ ਪਲੀਜ਼, ਠੰਡਾ ਪੈ ਜਾਂਦਾ ਅੰਗਰੇਜ਼ ਤੇ ਇੱਧਰ ਹੀ ਗੁੱਸੇ ਦੇ ਵਿੱਚ ਸਾਡਾ ਪੰਜਾਬੀ ਭਰਾ ਇਹ ਪਲੀਜ਼ ਦਾ ਹੀ ਮਤਲਬ ਕੁਛ ਖੋੜੇ ਕੱਢੀ ਜਾ ਕਹਿੰਦਾ ਉਹ ਪਲੀਜ਼ ਆਈ ਐਮ ਏ ਪੰਜਾਬੀ ਜਬ ਮੈਂ ਪੰਜਾਬ ਕੀ ਲਾਲ ਪੱਗਾਂ ਵਾਲੀ ਪੁਲਿਸ ਨਾ ਡਰਿੰਗ ਪਤਨੀ ਮਿਲੇ ਪੁਲਿਸ ਮੇਰਾ ਕਿਆ ਕਰਿੰਗ। ਸੋ ਮੈਡਮ ਬੇਟੀ ਮੈਂ ਸ਼ਾਇਰੀ ਬੜੀ ਕਮਾਲ ਦੀ ਬੋਲੀ ਹੈ, ਸ਼ਾਇਰੀ ਦਾ ਥੋੜਾ ਸ਼ੌਕ ਮੈਨੂੰ ਵੀ ਹੈ ਪਰ ਮੈਂ ਛੱਡਣ ਦੀ ਕੋਸ਼ਿਸ਼ ਕਰਦਾ ਸੋਚੀ ਰਹਿੰਦਾ ਬਚਪਨ ਤੋਂ, ਮੈਨੂੰ ਬੜੀ ਮਾੜੀ ਗੱਲ ਤੇ ਸ਼ਾਇਰੀ ਹੋੜ ਜਾਂਦੀ ਹੈ, ਸ਼ਾਇਰੀ ਦੇ ਫਾਇਦੇ ਹੀ ਬਹੁਤ ਹੁੰਦੇ ਨੇ। ਆ ਥੋੜੇ ਦਿਨ ਹੋ ਗਏ ਮੇਰੀ ਵਾਈਫ ਮੇਰੇ ਨਾਲ ਨਾਰਾਜ਼ ਹੋ ਗਈ, ਬੋਲੇ ਬੋਲੀ ਮੈਂ ਦਫ਼ਤਰ ਆ ਗਿਆ ਜੀ ਤੇ ਉਹ ਹੁਣ ਉਹ ਬੋਲੀ ਬੋਲਦੀ ਹੈ ਤੁਸੀਂ ਸ਼ਾਮ ਨੂੰ ਮੈਂ ਲੇਟ ਹੋ ਗਿਆ ਦਫ਼ਤਰ, ਉਹਨੇ ਕਿਹਾ ਆਏ ਨਹੀਂ ਤਾਂ ਕੀ ਕਰਿਆ, ਆਹ ਚਾਹ ਦਾ ਕੱਪ ਟ੍ਰੇ 'ਚ ਰੱਖਿਆ ਨਾਲ ਇੱਕ ਪੀਸ ਬਰਫੀ ਦਾ ਪਲੇਟ 'ਚ, ਦੋ ਇੱਕ ਲੱਡੂ ਦੋ ਬਰਫੀ ਦੇ ਪੀਸ ਰੱਖ ਕੇ ਫੋਟੋ ਖਿੱਚ ਕੇ ਮੈਨੂੰ ਵਟਸਐਪ 'ਤੇ ਭੇਜਦੀ, ਉਹਦਾ ਮਤਲਬ ਇਹ ਸੀ ਵੀ ਚਾਹ ਦਾ ਟਾਈਮ ਹੋ ਗਿਆ ਘਰ ਨੂੰ ਆਇਓ, ਤੇ ਮੈਂ ਲਿਖਿਆ ਮੈਂ ਕਿਹਾ ਚਾਹ ਦੇ ਨਾਲ ਖਾਂਦੀ ਰਹਿੰਦੀ ਲੱਡੂ ਬਰਫੀ ਇਸੇ ਕਦੋਂ ਹਰ ਵੇਲੇ ਰਹਿੰਦੀ ਹਰਖੀ, ਉਹ ਜਿਹਦੇ ਸਮੈਲ ਭੇਜਦੀ ਬਸ ਇੰਨੇ ਚ ਫਾਇਦਾ ਵੀ ਹੋ ਗਿਆ। ਕਈ ਵਾਰ ਇਹ ਗੱਲਾਂ ਵੈਸੇ ਹੀ ਔੜ ਜਾਂਦੀਆਂ ਨੇ, ਇੱਕ ਵਾਰ ਮੈਂ ਕੁਰਾਲੀ ਸ਼ਹਿਰ ਚ ਲੰਘਿਆ ਜਾਂਦਾ ਸੀ, ਇੱਥੇ ਮੈਨੂੰ ਕੁਰਾਲੀ ਦੇ ਗੀਤ ਯਾਦ ਆ ਗਿਆ, ਦੇਖੋ ਹਲਕਾ ਮਰੰਡਾ ਵਿੱਚ ਵਸਿਆ ਕੁਰਾਲੀ, ਕਦੇ ਰਵੀ ਕਦੇ ਕੰਗ ਕਦੇ ਜਿੱਤਦਾ ਬਟਾਲੀ, ਬਾਜੀ ਜਿੱਤ ਕੇ ਕਈਆਂ ਨੇ ਇੱਥੋਂ ਹਾਰੀ ਦੀ ਪਸ਼ੂਆਂ ਦਾ ਮੇਲਾ ਲੱਗਦਾ, ਆਉਂਦੇ ਦੂਰੋਂ ਦੂਰੋਂ ਚੱਲ ਕੇ ਵਪਾਰੀ ਹੁੰਦੇ ਆ, ਇਸ ਤਰ੍ਹਾਂ ਦੇ ਬਹੁਤ ਲੰਬੀਆਂ ਚੌੜੀਆਂ ਨੇ ਗੱਲਾਂ ਜੀ, ਪਰ ਅੱਜ ਮੈਂ ਜਿਹੜੀ ਗੱਲ ਕਰਾਂਗਾ ਸ਼ਾਇਰੀ ਦੀ, ਇੱਕ ਤਾਂ ਸਰ ਰਣਜੀਤ ਸਿੰਘ ਜੀ ਨਾਲ ਜਾਣਾ ਸੀ ਇੱਥੇ, ਉਹ ਆਏ ਨਹੀਂ ਹੈ ਤੁਹਾਨੂੰ ਦੱਸਿਆ ਜੀ ਸਰ ਨੇ ਰਾਜ ਮਾਤਾ ਜੀ ਕਰਕੇ, ਮੈਂ ਉਹਨਾਂ ਦੀ ਆਮਦ ਦੇ ਵਿੱਚ ਇੱਕ ਸ਼ੇਅਰ ਲਿਖਿਆ ਸੀ, ਉਹ ਤਾਂ ਨਹੀਂ ਆਏ ਪਰ ਮੈਂ ਸ਼ੇਅਰ ਜ਼ਰੂਰ ਸੁਣਾਵਾਂਗਾ, ਐਨ ਪੀ ਸਿੰਘ ਜੀ ਨੂੰ ਮੈਂ ਸਮਰਪਿਤ ਹੋ ਕੇ ਕਰਿਆ। ਸਰ ਜਬ ਸੇ ਆਪ ਹਮੇ ਛੋੜ ਕਰ ਗਏ, ਹਮ ਲੜਖੜਾ ਗਏ ਹੈ, ਜਬ ਸੇ ਆਪ ਹਮੇ ਛੋੜ ਕਰ ਗਏ ਹਮ ਲੜਖੜਾ ਗਏ ਹੈ, ਸ਼ੁਕਰ ਹੈ ਉਸ ਪਰਮਾਤਮਾ ਕਾ ਕਿ ਆਪ ਫਿਰ ਸੇ ਹਮਾਰੇ ਵਿੱਚ ਆ ਗਏ ਹੈ, ਚਲੋ ਕਿਆ ਹੋਆ ਜੋ ਕੰਮ ਆਜ ਨਹੀਂ ਹੋਆ ਵੋ ਕੱਲ ਹੋਗਾ, ਹਮੇ ਪੂਰਾ ਯਕੀਨ ਹੈ ਕਿ ਹਮਾਰੇ ਕਾਡਰ ਕਾ ਸੱਚ ਹਰ ਇੱਕ ਮਸਲਾ ਆਪਕੇ ਜ਼ਰੀਏ ਹੱਲ ਹੋਗਾ, ਇਹ ਮੈਂ ਬੋਲਣਾ ਸੀ ਪਰ ਨੀਚੇ ਰਹਿ ਗਿਆ। ਨਹੀਂ ਨਹੀਂ ਸਰ ਪਹੁੰਚਾਣਗੇ। ਇੱਕ ਇਹ ਜੋ ਛੋਟੀ ਜੀ ਮੈਂ ਕੱਲ ਰਚਨਾ ਲਿਖੀ ਸੀ, ਹੱਲ ਮੇਰੀ ਯਾਦ ਨਹੀਂ ਹੋਈ, ਵਟਸਐਪ 'ਤੇ ਪਾਈ, ਉਹ ਮੈਂ ਜ਼ਰੂਰ ਸ਼ੇਅਰ ਕਰਾਂਗਾ ਆਪਣੇ ਕਾਡਰ ਦੇ ਵਿੱਚ, ਸਾਡੇ ਪਰਸਨਲ ਸਟਾਫ ਦੇ ਕਾਡਰ ਦੇ ਬੰਦੇ ਨੇ, ਅਸਿਸਟੈਂਟ ਦੇ ਨੇ ਲੈਂਦੇ ਨੇ, ਐਚਸੀ ਆਫਿਸ ਦੇ ਨੇ, ਇੱਕ ਦੋ ਬੰਦੇ ਮੇਰੇ ਨਾਲ ਬਾਹਰ ਨੇ, ਅਲਬੋਜ਼ੇ ਵਜਾਉਂਦਾ ਇੱਕ ਬੀਨ ਵਜਾਉਂਦਾ ਬੰਦਾ ਉਹ ਨੇ, ਅਤੇ ਉਹ ਮੈਂ ਐਕਟੀਵਿਟੀਜ਼ ਲਿਖੀ 68 ਦੇ ਵਿੱਚ ਕੀ ਹੁੰਦਾ ਸੀ, ਸਵੇਰੇ ਆਉਂਦੇ ਹੈ ਕੰਮ ਕਰਦੇ ਕੋਰੀਡੋਰ 'ਚ ਘੁੰਮਦੇ, ਫਿਰ ਦੁਪਹਿਰ ਨੂੰ ਕੰਟੀਨ ਜਾਂਦੇ, ਰੈਜੀ ਦੇਖਦੇ, ਤਾਸ਼ ਖੇਡਦੇ, ਸ਼ਾਮ ਨੂੰ ਛੁੱਟੀ ਕਰਕੇ ਘਰ ਚਲੇ ਜਾਂਦੇ, ਸਾਰੀ ਮੈਂ ਕਲਮਬੰਦ ਕੀਤਾ ਸੀ, ਤੁਸੀਂ ਵਟਸਐਪ 'ਤੇ ਪੜ੍ਹਿਆ ਹੋਣਾ ਬਹੁਤ ਦਿਨ ਥੱਕ ਕੇ ਸੋ ਜਾਂਦਾ। ਨਿਕਲਿਆ ਘਰ ਤੋਂ ਜਦ ਮੈਂ ਅੱਜ, ਮਿਲ ਗਿਆ ਭੁਪਿੰਦਰ ਚੱਜ, ਇਹ ਸਾਰੇ 68 ਦੇ ਬੰਦੇ ਜੀ, ਨਿਕਲਿਆ ਘਰ ਤੋਂ ਜਦ ਮੈਂ ਅੱਜ,
मिल गया भुपिंदर चज बुलट ने कीती जद दुग दुगनी मिल गया दविंदर जुगनी जद मैं टपिया चौंक अटावा मिल गया जसप्रीत रंधावा जिथे सतारा वाला अड्डा दीन बजाउंदा जापे पट्टा मैनू शायद भुलेखा लगा नाल ओहदे सीगा बग्गा पार्किंग विच थां गई मिल खड़ा राजविंदर गिल रैंप दी चढ़िया जद मैं घाटी मिल गए तलविंदर ते गुलाटी देखिया दफ्तर दा कमकार आ गया फिर छीना अवतार कहिंदा आ चल उठ के वार चेते करदा है बलकार आखे दिखदे अज कोई गीत मेरा नाम राशी मलगीत उठ के चले गया आपा भरनी अज रिटर्न मैनू कहिंदा सी गुरचरण तिन्ने कहिंदे भरना बिल अवतार परमजीत ते शेर गिल गए तीन सज्जन जी मिल विरती होशियारपुरी अते दिल हाहा अखर तिन्ना नाल हरदेव हरी ते हरपाल मेरे दिल विच इक ख्याल सांझा करदा थोड़े नाल हाहा अखर वीरां नाल हरदेव हरी ते हरपाल कीती रब ने बड़ी कमाल मिलदा एक किस्मत दे नाल जेब च मोबाइला छड़न तरंग गल सुनी नरेश परंग पै गया बदलियां वाला गाह च रंजी लाल ना आवे सांभ चिट्टी पगड़ी जापे हंस मैनू लगदा है हरवंस कूपन फड़ लै मेरा अवस्थी अज तां बड़ी सवादी दाल मुटुड़ आख रिहा जसपाल ताश च ला गया मेनू सीप वहकल सीट वाला गुरदीप सुट यार तू हुक्म दा गोला मुड़ मुड़ आखी जा मैं भोला नारे सत फलोर ते बजे खैरा शेरा मांगू गजे वो लाजम करदे हाए हाए जोश च प्रेम प्रधान जी आए पै गया चारे पासे गाह पीती सुरजीत सुमन नाल चाह चाह इक होर कप दी च पा गया गुरमीत सिंह लवी आ कहिंदा लैंदा ना कोई सार साहू वालिया राजकुमार पता नहीं दिन कद गया मीत पता नहीं दिन कद गया बीत हुण तां थक गया रणजीत आखे रुक जो थोड़ी देर आ गया हरपदीत कलेर कहिंदा जाना मैं पटियाले लाते हरमिंदर ने ताले ढल गया दिन ते पैगी रात चल चलिए परम दीप भात सौंगे मंजियां ते थकहाओ मलकीत औजले दे सारे यार।